ਆ ਜਿਹੜਾ ਤਾਹਰੁਲ ਕਾਦਰੀ ਦੇ ਬਾਰੇ ਚ ਕਹਿੰਦਾ ਸੀ ਮੌਲਵੀਆਂ ਦਾ ਸਿਆਸਤ ਚ ਕੀ ਕੰਮ ਹੈ ਤੇ ਮੈਨੂੰ ਦੱਸੋ ਇਹ ਮੌਲਵੀ ਫੈਜ਼ੁਰ ਰਹਿਮਾਨ ਕੌਣ ਹੈ ਇਹ ਮੌਲਵੀ ਨਹੀਂ ਇਹ ਖੁਸਰੇ ਸਪਲਾਈ ਕਰਦਾ ਅਸੈਂਬਲੀ ਨੂੰ ਅੱਜ ਉਹ ਕਹਿੰਦਾ ਜੋ ਵੀ ਹੋਇਆ ਠੀਕ ਹੋਇਆ ਉਹ ਤੇਰੇ ਨਾਨੇ ਨਾਲ ਸ਼ਹੀਦਾਂ ਲਕਬ ਲੱਗਾ ਹੋਇਆ ਉਹਨੂੰ ਲਾ ਦੇ ਉਹ ਵੀ ਕੋਰਟ ਦਾ ਫੈਸਲਾ ਸੀ ਇਹ ਵੀ ਕੋਰਟ ਦਾ ਫੈਸਲਾ ਹੈ ਫਿਰ ਉਹ ਵੀ ਫੈਸਲਾ ਸਹੀ ਸੀ ਫਿਰ ਤੇਰਾ ਨਾਨਾ ਸ਼ਹੀਦ ਨਹੀਂ ਹੈਗਾ ਫਿਰ ਤੇਰੀ ਮਾਂ ਸ਼ਹੀਦ ਨਹੀਂ ਹੈਗੀ ਸੁਣ 33 ਸਾਲ ਮੈਂ ਪੀਪਲ ਪਾਰਟੀ ਚ ਗੁਜ਼ਾਰੇ ਐ ਜਿਹੜੀ ਤੁਸੀਂ ਫਰੈਂਡਲੀ ਆਪੋਜੀਸ਼ਨ ਬਣਾਈ ਸੀ ਨਾ ਇਹਦੀ ਵਜ੍ਹਾ ਨਾਲ ਮੈਂ ਪੀਟੀਆਈ ਚ ਗਿਆ ਸਾਂ ਪਾਕਿਸਤਾਨ ਦੇ ਵਿੱਚ ਅਗਰ ਕੋਈ ਮਰਦ ਦਾ ਬੱਚਾ ਹੈਗਾ ਤਾਂ ਇਮਰਾਨ ਖਾਨ ਹੈਗਾ ਇਹ ਸਭ ਗੱਦਾਰ ਆਪ ਕਬ ਤੱਕ ਅਮਰੀਕਾ ਦੇ ਗੁਲਾਮ ਆਪ ਕਬ ਤੱਕ ਇਮਰਾਨ ਖਾਨ ਦਾ ਸਾਥ ਦੇਗੇ ਜਿੰਨੀ ਦੇਰ ਜ਼ਿੰਦਾ ਰਹਾਂਗੇ ਸਾਥ ਦੇਾਂਗੇ ਕਿ ਅਸੀਂ 90 ਸਾਲ ਫਰੰਗੀ ਦੀ ਗੁਲਾਮੀ ਕੀਤੀ ਤੇ ਅੱਲਾਹ ਤਬਾਰਕ ਤਾਲਾ ਨੇ ਸਾਨੂੰ ਇੱਕ ਲੀਡਰ ਦਿੱਤਾ ਜਿਹਦਾ ਨਾਮ ਮੁਹੰਮਦ ਅਲੀ ਜਨਾਹ ਅਗਰ ਉਹ ਵੀ ਬ੍ਰਿਟਿਸ਼ ਦਾ ਪ੍ਰੈਸ਼ਰ ਲੈਂਦਾ ਤੇ ਕਿਹਾ ਪਾਕਿਸਤਾਨ ਬਣ ਜਾਂਦਾ ਅੱਜ ਇਮਰਾਨ ਖਾਨ ਸਿਰਫ ਇੱਕ ਸਿਵਲੀਅਨ ਹੈ ਉਹਦੇ ਕੋਈ ਪਾਵਰ ਨਹੀਂ ਜਿੰਨਾ ਕੋ ਪਾਵਰਾਂ ਨੇ ਉਹ ਪ੍ਰੈਸ਼ਰ ਲੈ ਰਹੇ ਨੇ ਤੇ ਜਿਹਦੇ ਕੋ ਕੁਝ ਵੀ ਨਹੀਂ ਉਹ ਮਰਦ ਬਣ ਕੇ ਮੈਦਾਨ 'ਚ ਖੜਾ ਹੈ ਤੁਸੀਂ ਕਾਜਲ ਨਾਲ ਕੀ ਸਲੂਕ ਕੀਤਾ ਤੁਸੀਂ ਲਿਆਕਤ ਅਲੀ ਖਾਨ ਨਾਲ ਕੀ ਸਲੂਕ ਕੀਤਾ ਅੱਜ ਉਹ ਬੇਨਜ਼ੀਰ ਦਾ ਪੁੱਤਰ ਜਿਹਨੂੰ 7 ਮਹੀਨੇ ਦੇ ਬੱਚੇ ਨੂੰ ਲੈ ਕੇ ਉਹ ਸੱਖਰ ਜੇਲ੍ਹ ਦੇ ਬਾਹਰ ਬੈਂਦੀ ਸੀ ਤੇ ਪੁਲਿਸ ਦਾ ਪਹਿਰਾ ਲੱਗਦਾ ਸੀ ਅੱਜ ਉਹ ਕਹਿੰਦਾ ਜੋ ਵੀ ਹੋਇਆ ਠੀਕ ਹੋਇਆ ਉਹ ਤੇਰੇ ਨਾਨੇ ਨਾਲ ਸ਼ਹੀਦਾਂ ਲਕਬ ਲੱਗਾ ਹੋਇਆ ਉਹਨੂੰ ਲਾ ਦੇ ਉਹ ਵੀ ਕੋਰਟ ਦਾ ਫੈਸਲਾ ਸੀ ਇਹ ਵੀ ਕੋਰਟ ਦਾ ਫੈਸਲਾ ਫਿਰ ਉਹ ਵੀ ਫੈਸਲਾ ਸਹੀ ਸੀ ਫਿਰ ਤੇਰਾ ਨਾਨਾ ਸ਼ਹੀਦ ਨਹੀਂ ਹੈਗਾ ਫਿਰ ਤੇਰੀ ਮਾਂ ਸ਼ਹੀਦ ਨਹੀਂ ਹੈਗੀ ਹੁਣ 33 ਸਾਲ ਮੈਂ ਪੀਪਲ ਪਾਰਟੀ ਚ ਗੁਜ਼ਾਰੇ ਐ ਜਿਹੜੀ ਤੁਸੀਂ ਫਰੈਂਡਲੀ ਆਪੋਜੀਸ਼ਨ ਬਣਾਈ ਸੀ ਨਾ ਇਹਦੀ ਵਜ੍ਹਾ ਨਾਲ ਮੈਂ ਪੀਟੀਆਈ ਚ ਗਿਆ ਸਾਂ ਪਾਕਿਸਤਾਨ ਦੇ ਵਿੱਚ ਅਗਰ ਕੋਈ ਮਰਦ ਦਾ ਬੱਚਾ ਹੈਗਾ ਤਾਂ ਇਮਰਾਨ ਖਾਨ ਹੈਗਾ ਇਹ ਸਭ ਗੱਦਾਰ ਆਪ ਕਬ ਤੱਕ ਅਮਰੀਕਾ ਦੇ ਗੁਲਾਮ ਆਪ ਕਬ ਤੱਕ ਇਮਰਾਨ ਖਾਨ ਦਾ ਸਾਥ ਦੇਗੇ ਜਿੰਨੀ ਦੇਰ ਜ਼ਿੰਦਾ ਰਹਾਂਗੇ ਸਾਥ ਦੇਾਂਗੇ ਜਿੰਨੀ ਦੇਰ ਉਹ ਆਪਣੇ ਨਜ਼ਰੀਏ ਨੂੰ ਨਹੀਂ ਬਦਲੇਗਾ ਨਾਲ ਰਹਾਂਗੇ ਅਗਰ ਨਜ਼ਰੀਆ ਬਦਲ ਦਿੱਤਾ ਜਿਸ ਤਰ੍ਹਾਂ ਕਿ ਪਾਕਿਸਤਾਨ ਪੀਪਲ ਪਾਰਟੀ ਨੇ ਨਜ਼ਰੀਆ ਬਦਲਿਆ ਅਸੀਂ ਛੱਡ ਦਿੱਤਾ ਜਿੰਨੀ ਦੇਰ ਇਮਰਾਨ ਖਾਨ ਆਪਣੇ ਨਜ਼ਰੀਏ ਤੇ ਕਾਇਮ ਰਹੇਗਾ ਅਸੀਂ ਵੀ ਕਾਇਮ ਦਾਇਮ ਰਹਾਂਗੇ ਜਿਸ ਦਿਨ ਉਹ ਸੋਚ ਬਦਲੇਗਾ ਅਸੀਂ ਵੀ ਆਪਣੀ ਸੋਚ ਬਦਲ ਦੇ ਨਾ ਮਨਜ਼ੂਰ ਇਹ ਦੱਸੋ ਤੁਸੀਂ ਕਹਿੰਦੇ ਹੋ ਜੀ ਇਹ ਹੋ ਗਿਆ ਤੇ ਉਹ ਹੋ ਗਿਆ ਉਹ ਮੈਨੂੰ ਦੱਸੋ ਉਹ ਪੀਪਲ ਪਾਰਟੀ ਹੈ ਸੀ ਉਹ ਇਮਰਾਨ ਖਾਨ ਹੈ ਸੀ ਦੱਸੋ ਕਾਜੇ ਆਲਮ ਨੂੰ ਕਿਸ ਤਰ੍ਹਾਂ ਸਲੂਕ ਕੀਤਾ ਗਿਆ ਜੀ ਬਾਨੀਏ ਪਾਕਿਸਤਾਨ ਦਾ ਕੀ ਸਲੂਕ ਕੀਤਾ ਜੇ ਉਹ ਦੱਸੋ ਇਸ ਮੁਲਕ ਨੂੰ ਬਣਾਉਣ ਵਾਲੀ ਮੁਸਲਿਮ ਲੀਗ ਕੋਈ ਮੁਸਲਿਮ ਲੀਗ ਨਹੀਂ ਜਾਏਗੀ ਜਿਹੜਾ ਮਾਲ ਖਰਚਦਾ ਜੀ ਉਹਦੀ ਲੀਗ ਜੇ ਓਏ ਕਾਜੇ ਆਲਮ ਦੀ ਮੁਸਲਿਮ ਲੀਗ ਹੋਵੇ ਉਹ ਮੈਂ ਅੱਜ ਵੀ ਦੋ ਥਾਣਾ ਸਲਾਮ ਕਰਾਂ ਕਿਹੜੀ ਮੁਸਲਿਮ ਲੀਗ ਜਿਹੜਾ ਮਾਲ ਖਰਚੇ ਉਹਦੀ ਲੀਗ ਹੈ ਕੀ ਸਲੂਕ ਕੀਤਾ ਜੇ ਓਏ ਉਹਨਾਂ ਦਾ ਪੁੱਠਾ ਵੀ ਨਹੀਂ ਸੀ ਦੱਸੋ ਖਾਜਾ ਨਾਸਮੁਦੀਨ ਨਾਲ ਕੀ ਸਲੂਕ ਕੀਤਾ ਜੇ ਹਸੈਨ ਸ਼ਹੀਦ ਸੋਹਰਵਰਦੀ ਨਾਲ ਕੀ ਕੀਤਾ ਸੀ ਜੇ ਸਿਕੰਦਰ ਮਿਰਜ਼ੇ ਨਾਲ ਕੀ ਕੀਤਾ ਸੀ ਜੇ ਐ ਜਿਹੜੇ ਮੌਲਵੀ ਲਗੇ ਫਿਰਦੇ ਨੇ ਉਹ ਜਿਹੜੇ ਕਹਿੰਦੇ ਸੀ ਐ ਜਿਹੜੇ ਤਾਹਰੁਲ ਕਾਦਰੀ ਦੇ ਬਾਰੇ ਚ ਕਹਿੰਦੇ ਸੀ ਮੌਲਵੀਆਂ ਦਾ ਸਿਆਸਤ ਚ ਕੀ ਕੰਮ ਹੈ ਤੇ ਮੈਨੂੰ ਦੱਸੋ ਇਹ ਮੌਲਵੀ ਫੈਜ਼ੁਰ ਰਹਿਮਾਨ ਕੌਣ ਹੈ ਇਹ ਮੌਲਵੀ ਨਹੀਂ ਇਹ ਖੁਸਰੇ ਸਪਲਾਈ ਕਰਦਾ ਅਸੈਂਬਲੀ ਨੂੰ ਓਏ ਉਹ ਮੌਲਵੀ ਜੇ ਜਿਹੜਾ ਰਾਤ ਦੇ 2:30 ਵਜੇ ਨੰਗੇ ਪੈਰੀ ਜਾ ਕੇ ਬੇਨਜ਼ੀਰ ਨੂੰ ਬਾਹਰ ਮਿਲਿਆ ਸੀ ਡੀਜ਼ਲ ਦਾ ਪਰਮਿਟ ਲਿਆ ਸੀ ਫਿਰ ਠੰਡਾ ਹੋ ਕੇ ਬਹਿ ਗਿਆ ਸੀ ਇਹ ਬਤਾਏ ਜੋ ਇਮਰਾਨ ਖਾਨ ਕੋ ਕਹਤੇ ਕਿ ਜੀ ਇਮਰਾਨ ਖਾਨ ਜੋ ਐਬਸੋਲੂਟਲੀ ਨਾਟ ਬੋਲਾ ਤਾਂ ਉਸ ਵਜ੍ਹਾ ਸੇ ਇਮਰਾਨ ਖਾਨ ਕੀ ਹਕੂਮਤ ਗਈ ਹੈ ਬਿਲਕੁਲ ਉਸੇ ਵਜ੍ਹਾ ਨਾਲ ਗਈ ਹੈ ਸਾਬਤ ਕਰਨਾ ਵਾ ਕਿਸ ਤਰ੍ਹਾਂ ਸਾਬਤ ਕਰਨਾ ਵਾ ਜਦੋਂ ਲਿਆਕਤ ਅਲੀ ਖਾਨ ਨੇ ਇਹ ਆਰਡਰ ਕੀਤਾ ਹੈ ਕਿ ਮੈਂ ਅਕਤੂਬਰ ਦੇ ਮਿਡ ਦੇ ਵਿੱਚ ਰੂਸ ਜਾਵਾਂਗਾ ਤੇ ਉਹਨੂੰ ਸਤੰਬਰ 'ਚ ਗੋਲੀ ਮਰਵਾਤੀ ਗਈ ਸ਼ਾਹਿਦ ਅਕਬਰ ਕੋਲੋਂ ਪਿੱਛੋਂ ਉਹਨੂੰ ਵੀ ਮਰਵਾਤੀ ਗਈ ਖਤਮ ਹੁਣ ਕੀ ਹੋਇਆ ਉਸ ਤੋਂ ਬਾਅਦ ਜ਼ੁਲਫਕਾਰ ਅਲੀ ਭੁੱਟੋ ਗਿਆ ਉਹ ਵੀ ਰੂਸ ਗਿਆ ਸਟੀਲ ਮਿਲ ਲਿਆਂਦੀ ਔਰ ਫਿਰ ਉਹਦੇ ਨਾਲ ਕੀ ਅਸਰ ਹੋਇਆ ਔਰ ਅੱਜ ਇਹਨੂੰ ਭੇਜਣ ਵਾਲਾ ਇਹ ਆਪਣੀ ਮਰਜ਼ੀ ਨਾਲ ਚਲਾ ਗਿਆ ਸੀ ਐਨਓਸੀ ਕਿੰਨੇ ਦਿੱਤੀ ਏ ਜਹਾਜ਼ ਕਿਸ ਤਰ੍ਹਾਂ ਉੱਡ ਕੇ ਗਿਆ ਉਹਦਾ ਰੂਸ ਆਪਣੀ ਮਰਜ਼ੀ ਨਾਲ ਚਲਾ ਗਿਆ ਸੀ ਉਹ ਇਮਰਾਨ ਖਾਨ ਨੂੰ ਤਾਂ ਟਾਂਗਾ ਚਲਾਉਣਾ ਨਹੀਂ ਆਉਂਦਾ
याद किस तरह उड़ा के ले गया हो। मियां नवाज शरीफ जो ना तैयारी कर रहे हैं पाकिस्तान आने को, क्या वो पाकिस्तान आएंगे? हाँ आएगा, वो इस तरह आएगा, वो हमेशा आया ही इस तरह में, वो कभी वोट लेके आया ही नहीं, जो भी आया किसी ना किसी सादे ही ने नतीजे चाया। मैनू अज तक सीन याद है जो मुल्तान एयरपोर्ट से उतरिया तो गुलाम साखा ने गले मिलकर थापी दी है और की फरमाया उन्हें, उन्हें क्या जनाजा मैं तैयार करता है मियां साहब दफनाना तुहाडा काम है। अज मुसाके जमहूरियत का की असर किया जे? वह तू नवाज शरीफ बेनजीर दोवे ने फलोर क्रासिंग का कानून बनाया सी, तुसा दोवां ने फलोर क्रासिंग का कानून बनाया सी, ते आज की होया तुसा दोवां पार्टियां ने फलोर क्रासिंग की है, और तुसी मुइया साहब के सिर च भी सोहा पाती, तुसी बेनजीर के सिर च भी सोहा पाती।